ਅਸਲਾਮੁਅਲੈਕੁਮ ਫਰੈਂਡਸ, ਕੀ ਹਾਲ ਚਾਲ ਹੈ ਸਭ ਦੋਸਤਾਂ ਦਾ? ਛੁੱਟੀਆਂ ਖਤਮ ਹੋ ਗਈਆਂ ਜੀ ਸਾੜੀਆਂ, ਤੇ ਹੁਣ ਚੱਲੇ ਜੀ ਲਾਹੌਰ। ਆ ਰੋਨ ਭਾਈ ਆਇਆ, ਵੇਖੋ ਸਮਾਨ ਜਿਹੜਾ ਲੱਦੀ ਖੜੇ ਆ ਅਸੀਂ। ਓਕੇ ਜੀ, ਅੱਲਾ ਹਾਫਿਜ਼। ਤੇ ਦੁਆ ਕਰਿਆ ਕਿ ਇੱਥੇ ਖੈਰੀ ਸਲਾਮਤੀ ਪਹੁੰਚ ਜਾਏ। ਬਾਏ ਮਿਕਲੋੜਗੰਜ, ਗੁੱਡ ਬਾਏ। ਟਰੈਵਲਿੰਗ ਟੂ ਲਾਹੌਰ, ਮੋਟਰਸਾਈਕਲ ਦੇ ਜਿਸ ਟਾਈਮ ਮਰਜ਼ੀ ਬ੍ਰੇਕ ਲਾਈਏ, ਜਿੱਥੇ ਮਰਜ਼ੀ ਖਲੋਈਏ, ਕੋਈ ਟੈਨਸ਼ਨ ਨਹੀਂ ਆ। ਮੁੰਡੇ ਨੂੰ ਆਇਆ ਛੂ, ਕਾਲੀ ਛੂ। ਚਲਾ ਜਾ ਯਾਰ, ਮਿੰਟ ਬ੍ਰੇਕ ਲਾਈ ਹੈ ਭਾਈ ਹੋਰਾਂ ਨੇ, ਸੂਸੂ ਕਰਨਾ ਸੀ। ਅਤੇ ਹੁਣ ਜਿਹੜਾ ਨਿਕਲਦੇ ਆ ਆਪਣੇ ਸਫ਼ਰ ਵੱਲ ਲਾਹੌਰ ਦੀ ਤਰਫ। ਦੋਸਤੋ, ਤੇ ਐਡਾ ਕੋਈ ਕੰਮ ਔਖਾ ਨਹੀਂ ਆ ਮੋਟਰਸਾਈਕਲ 'ਤੇ ਜਾਣ ਦਾ। ਇੰਜੋਏ ਹੋ ਜਾਂਦਾ, ਇੰਜੋਏ ਹੋ ਜਾਂਦਾ ਖੁੱਲ੍ਹਾ ਖੁੱਲ੍ਹਾ। ਜਿਵੇਂ ਮੈਂ ਦੇਖੋ ਨਾ, ਬਹੁਤ ਸਾਰੇ ਪਿੰਡਾਂ 'ਚ ਗੁਜ਼ਰ ਕੇ ਆਇਆ। ਦੋਸਤੋ, ਅਤੇ ਇੱਥੇ ਲਾਈ ਆ ਬ੍ਰੇਕ, ਅਤੇ ਭੁੱਖ ਬੜੀ ਲੱਗੀ ਹੋਈ ਹੈ। ਯਕੀਨ ਕਰੋ, ਸਫ਼ਰ ਕੀਤਾ ਗੁਜਰਾ ਸ਼ਾਹ ਮਕੀਨ ਪਹੁੰਚ ਆਏ ਹਾਂ, ਅਤੇ ਭੁੱਖ ਲੱਗ ਗਈ ਹੈ ਬਾਈ। ਯਾਰ, ਦੋ ਬਰਗਰ ਤਾਂ ਲਾ ਦੇ ਸ਼ਾਮੀ। ਬਰਗਰ ਬਣ ਰਿਹਾ ਜੀ, ਦੋ ਬਰਗਰਾਂ ਦਾ ਆਰਡਰ ਦਿੱਤਾ। ਭੁੱਖ ਬਹੁਤ ਲੱਗੀ ਹੋਈ ਹੈ ਜੀ, ਬੜਾ ਸਫ਼ਰ ਕੀਤਾ ਤੈਅ, ਅਤੇ ਮੈਂ ਕਿਹਾ ਕੋਈ ਹਲਕਾ ਫੁਲਕਾ ਖਾਣਾ ਹੋ ਹੀ ਜਾਵੇ, ਮਤਲਬ ਕਿ ਬਰਗਰ ਖਾਂਦੇ ਹਾਂ ਅਤੇ ਫਿਰ ਨਿਕਲਦੇ ਹਾਂ ਅੱਗੇ ਲਾਹੌਰ ਨੂੰ। ਥੋੜਾ ਬਹੁਤਾ ਗੁਜ਼ਾਰਾ ਹੋ ਗਿਆ, ਥੋੜਾ ਬਹੁਤਾ ਹੋ ਗਿਆ ਨਾ ਗੁਜ਼ਾਰਾ, ਹੁਣ ਨਿਕਲੀਏ ਫਿਰ। ਸ਼ੁਕਰ ਹੈ ਅੱਲਾਹ ਤੇਰਾ, ਲੱਖ ਲੱਖ ਸ਼ੁਕਰ ਹੈ। ਸਫ਼ਰ ਦੇ ਦੌਰਾਨ ਕੋਈ ਚੀਜ਼ ਖਾ ਪੀ ਲੈਣੀ ਚਾਹੀਦੀ ਹੈ। ਇਹ ਮੋਟਰਸਾਈਕਲ ਦੇ ਸੁੱਖ ਹੈਗੇ ਆ ਕਿ ਜਿੱਥੇ ਮਰਜ਼ੀ ਬ੍ਰੇਕ ਲਾਓ, ਜੋ ਚੀਜ਼ ਤੁਹਾਡਾ ਦਿਲ ਕਰਦਾ ਖਾ ਪੀ ਲਓ। ਬਸ ਸਾਰਿਆਂ ਨੂੰ ਕੀ ਤੁਸੀਂ ਕਹੋਗੇ ਕਿ ਰੋਕ ਯਾਰ ਮੈਨੂੰ ਭੁੱਖ ਲੱਗੀ ਗਈ ਤਾਂ ਮੈਂ ਮਾਟੇ ਲੈ ਲਾਂ? ਨਹੀਂ ਰੋਕਦਾ, ਕਿਉਂਕਿ ਨਾ ਆਪਣੇ ਟਾਈਮ 'ਤੇ ਪਹੁੰਚਣਾ ਹੁੰਦਾ। ਸਾਨੂੰ ਕੋਈ ਟਾਈਮ ਨਾਲ ਗਰਜ਼ ਨਹੀਂ, ਜਿਸ ਟਾਈਮ ਮਰਜ਼ੀ ਪਹੁੰਚ ਜਾਈਏ। ਇਹ ਜੀ, ਜੀ ਤੁਸੀਂ ਹੁਣ ਗੁਜ਼ਰ ਕੇ ਜਾ ਰਹੇ ਹੈ, ਇਹ ਜੀ ਸ਼ੇਰਗੜ੍ਹ ਆ। ਇੱਥੇ ਮੂਵੀ ਬਣੀ ਆ ਪਾਕਿਸਤਾਨੀ ਚੂੜੀਆਂ, ਇਸ ਪਿੰਡ 'ਚ ਬਣੀ ਆ ਚੂੜੀਆਂ ਮੂਵੀ ਸ਼ੇਰਗੜ੍ਹ। ਸਾਡਾ ਸਫ਼ਰ ਜਾਰੀ ਆ, ਪਹੁੰਚ ਜਾਵਾਂਗੇ ਅਸੀਂ ਜੀ। ਹੁਣ ਪਹੁੰਚਾਏ ਹਾਂ ਟੂਲ ਪਲਾਜ਼ਾ, ਪੱਤੋ ਕੀ ਟੂਲ ਪਲਾਜ਼ਾ ਜੀ। ਪਲਾਜ਼ਾ ਕ੍ਰਾਸ ਕਰਦੇ ਪਏ ਹਾਂ ਅਸੀਂ। ਲਓ ਜੀ, ਇਹ ਸਿਰਫ ਸਾਡਾ ਥੋੜ੍ਹਾ ਜਿਹਾ ਸਫ਼ਰ ਰਹਿ ਗਿਆ, ਮੈਕਸੀਮਮ ਮੈਨੂੰ ਲੱਗਦਾ ਕਿ 100 ਕਿਲੋਮੀਟਰ ਰਹਿੰਦਾ ਅੱਗੇ ਲੋਕ। ਦੋਸਤੋ, ਅਤੇ ਮੈਂ ਪਹੁੰਚਾਇਆ ਲਾਹੌਰ, ਲਾਹੌਰ ਹੀ ਹੈ, ਅਰਾਈਵ ਟੂ ਲਾਹੌਰ। ਅਤੇ ਮੈਂ ਘਰ ਪਹੁੰਚਾਇਆ, ਅਤੇ ਆ ਮੇਰੇ ਘਰ ਕਮਰੇ ਦੇ ਹਾਲਾਤ ਚੈੱਕ ਕਰੋ, ਮਿੱਟੀ ਹੋਈ ਪਈ ਹੈ। ਅੱਜ ਡੇਢ ਮੰਥ ਬਾਅਦ ਮੈਂ ਆਇਆ ਘਰ, ਛੁੱਟੀਆਂ ਰਹੀਆਂ ਸਨ, ਅਤੇ ਦੋ ਦਿਨਾਂ ਬਾਅਦ ਯੂਨੀਵਰਸਿਟੀ ਓਪਨ ਹੋ ਜਾਣੀ ਹੈ ਅਤੇ ਕਲਾਸਾਂ ਲੱਗ ਜਾਣੀਆਂ, ਤਾਂ ਕਰਕੇ ਮੈਂ ਵਾਪਸ ਆਇਆ, ਅਤੇ ਪਿੰਡ ਦੀਆਂ ਯਾਦਾਂ ਵੀ ਬਹੁਤ ਆਉਣੀਆਂ। ਦੋਸਤੋ, ਅੱਜ ਦਾ ਵਲੋਗ ਕਰਦੇ ਆ ਇੱਥੇ ਐਂਡ, ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਅਤੇ ਕਮੈਂਟਸ ਜ਼ਰੂਰ ਕਰੋ, ਤਾਂ ਕਿ ਮਿਲਦੇ ਹਾਂ ਫਿਰ ਅਗਲੀ ਵੀਡੀਓ 'ਚ। ਅੱਲਾ ਹਾਫਿਜ਼।